ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਮੇਰੇ ਚੈਨਲ ਜਸ ਟੇਲਰਸ 'ਤੇ। ਤੁਹਾਨੂੰ ਮੇਰੇ ਇਸ ਚੈਨਲ 'ਤੇ ਸਿੰਪਲ ਸੂਟ ਦੀ ਕਟਿੰਗ ਸਟਿਚਿੰਗ ਤੋਂ ਲੈ ਕੇ ਹਰ ਤਰ੍ਹਾਂ ਦੇ ਡਿਜ਼ਾਈਨਰ ਸੂਟ ਨਾਲ ਰਿਲੇਟਡ ਵੀਡੀਓਜ਼ ਮਿਲਣਗੀਆਂ। ਹਰ ਤਰ੍ਹਾਂ ਦੀ ਕਟਿੰਗ, ਹਰ ਤਰ੍ਹਾਂ ਦੀ ਸਟਿਚਿੰਗ ਤੁਹਾਨੂੰ ਆਪਾਂ ਸਿਖਾਵਾਂਗੇ। ਅਤੇ ਹਰ ਤਰ੍ਹਾਂ ਦਾ ਸੂਟ, ਪਲਾਜ਼ੋ, ਸ਼ਰਾਰਾ, ਗਰਾਰਾ, ਪਜਾਮੀ ਸੂਟ, ਸਲਵਾਰ ਸੂਟ ਐਕਸੈਕਟਰਾ, ਹਰ ਤਰ੍ਹਾਂ ਦੀਆਂ ਵੀਡੀਓਜ਼ ਤੁਹਾਨੂੰ ਮਿਲਣਗੀਆਂ। ਅੱਜ ਫਸਟ ਵੀਡੀਓ, ਇਸ ਕਰਕੇ ਆਪਾਂ ਬੇਸਿਕ ਤੋਂ ਸਟਾਰਟ ਕਰਦੇ ਹਾਂ, ਕਿਉਂਕਿ ਜਦੋਂ ਕਿਸੇ ਵੀ ਚੀਜ਼ ਨੂੰ ਸਿੱਖਣਾ ਹੋਵੇ ਤਾਂ ਉਹਨੂੰ ਬੇਸਿਕ ਤੋਂ ਸਟਾਰਟ ਕੀਤਾ ਜਾਵੇ, ਫਿਰ ਸਟੈਪ ਬਾਏ ਸਟੈਪ ਚੀਜ਼ਾਂ ਨੂੰ ਅੱਗੇ ਸਮਝਣਾ ਈਜ਼ੀ ਹੋ ਜਾਂਦਾ। ਠੀਕ ਹੈ ਜੀ। ਕੋਈ ਵੀ ਸੂਟ ਆਪਾਂ ਸਟਿਚ ਕਰਨਾ, ਉਹਦੇ ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਉਹਦੀ ਕਟਿੰਗ ਕਰਨੀ, ਅਤੇ ਕਟਿੰਗ ਕਰਨ ਤੋਂ ਵੀ ਪਹਿਲਾਂ ਜ਼ਰੂਰੀ ਹੁੰਦਾ ਉਹਦੀ ਪ੍ਰੋਪਰ ਮੇਜ਼ਰਮੈਂਟ ਕਰਨਾ ਉਹਦਾ। ਚਲੋ ਜੀ, ਅੱਜ ਆਪਾਂ ਤੁਹਾਨੂੰ ਸਿਖਾਉਂਦੇ ਹਾਂ ਵੀ ਸਿੰਪਲ ਸੂਟ ਦਾ ਪ੍ਰੋਪਰ ਤਰੀਕੇ ਨਾਲ ਨਾਪ ਕਿਵੇਂ ਲੈਣਾ ਹੁੰਦਾ। ਸਭ ਤੋਂ ਪਹਿਲਾਂ ਆਪਾਂ ਲੈਂਥ ਦੇਖਾਂਗੇ, ਉੱਪਰ ਤੋਂ ਲੈ ਕੇ ਸ਼ੋਲਡਰ ਤੋਂ ਨੀਚੇ ਬੋਟਮ ਤੱਕ ਆਪਾਂ ਕਮੀਜ਼ ਦੀ ਲੈਂਥ ਦੇਖ ਲਾਂਗੇ। ਇਹ ਆਈ ਹੈ ਜੀ 39 ਆਈ ਆ, ਇਹ ਕਮੀਜ਼ ਦੀ ਲੈਂਥ ਹੋ ਗਈ। ਆਪਾਂ ਇਹਨੂੰ ਨੋਟ ਕਰ ਲਾਂਗੇ ਵੀ ਕਮੀਜ਼ ਦੀ ਲੈਂਥ 39 ਇੰਚ ਤਿਆਰ ਆ। ਉਸ ਤੋਂ ਅੱਗੇ ਜੀ ਆਪਣੇ ਕੋਲ ਆ ਜਾਂਦਾ ਘੇਰਾ। ਘੇਰਾ ਆਪਾਂ ਇੱਕ ਪੱਲੇ ਤੋਂ ਲੈ ਕੇ ਇੱਕ ਸਿਰੇ ਤੋਂ ਦੂਸਰੇ ਤੱਕ ਦੇਖਾਂਗੇ। ਇਹ ਆਇਆ ਜੀ 20 ਇੰਚ ਲੰਬਾਈ ਹੋ ਗਈ, ਘੇਰਾ ਹੋ ਗਿਆ। ਉਸ ਤੋਂ ਅਗਲਾ ਸਟੈਪ ਹੁੰਦਾ ਤੀਰਾ। ਜਿਹੜੀ ਆਹ ਚੀਜ਼ ਆ ਇਹਨੂੰ ਆਪਾਂ ਸ਼ੋਲਡਰ ਕਹਿੰਦੇ ਹਾਂ, ਪੰਜਾਬੀ 'ਚ ਆਪਾਂ ਇਹਨੂੰ ਤੀਰਾ ਕਹਿੰਦੇ ਹਾਂ। ਜਿੱਥੋਂ ਮੋਢੇ ਦੀ ਸਿਲਾਈ ਸ਼ੁਰੂ ਹੁੰਦੀ ਆ ਉੱਥੋਂ ਲੈ ਕੇ ਦੂਜੇ ਮੋਢੇ ਤੱਕ ਆਪਾਂ ਇਹਨੂੰ ਮਿਣਾਂਗੇ। ਇਹਨੂੰ ਮਿਣਨਾ ਦੇ ਵੈਸੇ ਸਿੰਪਲ ਲੱਗਦਾ, ਪਰ ਆਪਾਂ ਇਹ ਖਿਆਲ ਰੱਖਣਾ ਵੀ ਆਹ ਚੀਜ਼ ਆ ਜਿਹੜੀ ਉਹ ਨਾ ਤਾਂ ਇੱਦਾਂ ਹੋਵੇ ਨਾ ਉਹ ਇੱਦਾਂ ਹੋਵੇ। ਠੀਕ ਆ। ਪ੍ਰੋਪਰ ਜਿੱਥੇ ਗਲਾ ਸੈੱਟ ਬੈਠਦਾ ਉੱਥੇ ਰੱਖ ਕੇ ਆਪਾਂ ਸ਼ੋਲਡਰ ਨੂੰ ਮਿਣ ਲੈਣਾ ਵੀ ਕਿੰਨਾ। ਇਹ ਸ਼ੋਲਡਰ ਹੋ ਗਿਆ, ਅਤੇ ਨਾਲ ਹੀ ਆਪਾਂ ਗਲੇ ਦੀ ਡੀਪਨੈਸ ਵੀ ਦੇਖ ਲੈਣੀ ਆ ਵੀ ਫਰੰਟ ਨੈੱਕ। ਸਭ ਤੋਂ ਪਹਿਲਾਂ ਚੌੜਾਈ ਦੇਖਾਂਗੇ 6 ਇੰਚ, ਉਸ ਤੋਂ ਬਾਅਦ 'ਚ ਆਪਾਂ ਦੇਖਾਂਗੇ ਫਰੰਟ ਨੈੱਕ ਕਿੰਨਾ ਡੀਪ ਹੈ ਜੀ। ਫਰੰਟ ਨੈੱਕ ਆ ਰਿਹਾ ਆਪਣਾ 6.5 ਇੰਚ, ਜਿਹੜਾ ਬੈਕ ਨੈੱਕ ਆ ਉਹ ਆਪਣਾ ਆ ਰਿਹਾ 4.5 ਇੰਚ। ਬੈਕ ਨੈੱਕ ਆਪਣਾ 4.5 ਇੰਚ ਆ ਰਿਹਾ, ਫਰੰਟ ਨੈੱਕ ਆਪਣਾ 6.5 ਇੰਚ ਆ ਰਿਹਾ। ਇਹ ਆਪਾਂ ਗਲੇ ਦੀ ਡੀਪਨੈਸ ਬੈਕ ਅਤੇ ਫਰੰਟ ਦੋਵਾਂ ਦੀ ਦੇਖ ਲਈ। ਉਸ ਤੋਂ ਅੱਗੇ ਬਾਂਹ ਆ ਗਈ ਜੀ। ਆਪਾਂ ਜਿੰਨੇ ਵੀ ਸਾਈਜ਼ ਦੀ ਬਾਂਹ ਪਾ ਰਹੇ ਹਾਂ, ਬਣਾ ਰਹੇ ਹਾਂ ਸੂਟ ਦੀ, ਉਹਦਾ ਨਾਪ ਲੈ ਲੈਣਾ। ਠੀਕ ਹੈ ਜੀ। ਲੈਂਥ ਇਹਦੀ ਆ ਰਹੀ ਤਕਰੀਬਨ 15.5 ਇੰਚ। ਉਸ ਤੋਂ ਅੱਗੇ ਬਾਂਹ ਦੀ ਚੌੜਾਈ ਆ, ਚਾਹੇ ਇਹਨੂੰ ਮੂਹਰੀ ਕਹਿ ਲਈਏ ਬਾਂਹ ਦੀ, ਇਹ ਹੈਗੀ ਹੈ 5.5 ਇੰਚ। ਬਾਂਹ ਦੀ ਲੰਬਾਈ 15.5 ਇੰਚ, ਬਾਂਹ ਦੀ ਚੌੜਾਈ 5.5 ਇੰਚ। ਇਹ ਆਪਣਾ ਪ੍ਰੋਪਰ ਕਮੀਜ਼ ਦਾ ਨਾਪ ਹੋ ਗਿਆ। ਕਮੀਜ਼ ਦਾ ਨਾਪ ਲੈਣਾ ਕੋਈ ਔਖਾ ਨਹੀਂ ਜੀ, ਸਿਰਫ ਇੱਕ ਛੋਟੀਆਂ ਛੋਟੀਆਂ ਟਿਪਸ ਦੇਖਣੀਆਂ ਹੁੰਦੀਆਂ ਵੀ ਗਲਾ ਪ੍ਰੋਪਰ ਤਰੀਕੇ ਨਾਲ ਹੋਵੇ। ਕਮੀਜ਼ ਆਪਾਂ ਜਦੋਂ ਸਾਰੇ ਪਾਸਿਓਂ ਮੀਜ਼ਰ ਕਰਨਾ, ਉਹਨੂੰ ਆਪਾਂ ਖਿੱਚੀਏ ਨਾ, ਪ੍ਰੋਪਰ ਜਿੱਥੇ ਉਹ ਸੈੱਟ ਬੈਠਦਾ ਉੱਥੇ ਰੱਖ ਕੇ ਉਹਦਾ ਨਾਪ ਲਿਆ ਜਾਵੇ। ਸੇਮ ਇਸੇ ਤਰ੍ਹਾਂ ਆਪਾਂ ਸਲਵਾਰ ਦਾ ਨਾਪ ਲਵਾਂਗੇ, ਸ਼ੁਰੂ ਤੋਂ ਲੈ ਕੇ ਇੰਚੀ ਟੇਪ ਨੂੰ ਅੱਗੇ ਅੱਗੇ ਲੈ ਕੇ ਜਾਂਦੇ ਹੋਏ ਨੀਚੇ ਪਹੁੰਚੇ ਤੱਕ ਆਪਾਂ ਦੇਖ ਲਾਂਗੇ ਕਿੰਨਾ ਹੁੰਦਾ। ਇਹ ਸਾਡੇ ਕੋਲ ਆਇਆ ਜੀ 36 ਇੰਚ। ਇਹ ਸਲਵਾਰ ਦੀ ਲੰਬਾਈ ਹੋ ਗਈ। ਇਹਨੂੰ ਆਪਾਂ ਦੋ ਭਾਗਾਂ 'ਚ ਵੀ ਨਾਪ ਸਕਦੇ ਹਾਂ। ਇੱਕ ਤਾਂ ਤੁਸੀਂ ਇੱਥੋਂ ਤੋਂ ਲੈ ਕੇ ਨੀਚੇ ਪਹੁੰਚੇ ਤੱਕ ਮੀਜ਼ਰ ਕਰ ਸਕਦੇ ਹੋ। ਇਹ ਆ ਰਿਹਾ ਜੀ 31 ਇੰਚ, ਅਤੇ ਦੂਸਰੇ ਹਿੱਸੇ ਦੇ ਵਿੱਚ ਆਪਾਂ ਬੈਲਟ ਦਾ ਨਾਪ ਲੈ ਸਕਦੇ ਹਾਂ। ਇਹ ਆ ਰਿਹਾ 5 ਇੰਚ, 31+5 ਇਹ 36 ਹੋ ਗਿਆ। ਟੋਟਲ ਨਾਪ ਲਵਾਂਗੇ ਪੂਰਾ, ਉਹ ਵੀ 36 ਇੰਚ ਹੋ ਗਿਆ। ਉਸ ਤੋਂ ਬਾਅਦ 'ਚ ਆਪਾਂ ਦੇਖਾਂਗੇ ਬੈਲਟ। ਬੈਲਟ ਦਾ ਜਿਹੜਾ ਆਹ ਵਾਲਾ ਪਾਰਟ ਆ ਇਹਨੂੰ ਆਪਾਂ ਬੈਲਟ ਦੀ ਚੌੜਾਈ ਬੋਲਦੇ ਹਾਂ। ਇਹ ਆਪਣੇ ਕੋਲ ਆ ਰਹੀ ਆ 21 ਇੰਚ, ਅਤੇ ਆਹ ਵਾਲੀ ਆਪਾਂ ਬੈਲਟ ਦੀ ਚੌੜਾਈ ਬੋਲਦੇ ਹਾਂ। ਇਹ ਆਪਣੇ ਕੋਲ ਆ ਰਹੀ ਹੈ ਜੀ 5 ਇੰਚ, ਇਹ ਬੈਲਟ ਦੀ ਚੌੜਾਈ 5 ਇੰਚ, ਲੰਬਾਈ 21 ਇੰਚ। ਉਸ ਤੋਂ ਬਾਅਦ 'ਚ ਆ ਜਾਂਦਾ ਆਸਣ, ਕਰੋਚ ਏਰੀਆ। ਉਹ ਆਪਾਂ ਪੂਰਾ ਇੱਦਾਂ ਨਹੀਂ ਮਿਲਣਾ, ਕਿਉਂਕਿ ਆਹ ਵਾਲਾ ਤਾਂ ਬੈਲਟ ਦੇ ਵਿੱਚ ਹੀ ਆ ਜਾਣਾ। ਆਹ ਵਾਲਾ ਪਾਰਟ ਤਾਂ ਜਦੋਂ ਆਪਾਂ ਨੇ ਬੈਲਟ ਲਾਤੀ ਆਸਣ ਅਟੈਚ ਹੋ ਜਾਣਾ ਆਟੋਮੈਟਿਕਲੀ। ਆਪਾਂ ਸਿਰਫ ਇੱਥੋਂ ਤੋਂ ਲੈ ਕੇ ਜਿੱਥੇ ਤੱਕ ਬਲ ਪਾਉਣੇ ਸਟਾਰਟ ਕਰਦੇ ਹਾਂ, ਉੱਥੋਂ ਲੈ ਕੇ ਇੱਥੋਂ ਲੈ ਕੇ ਇੱਥੇ ਤੱਕ ਮੀਜ਼ਰ ਕਰਾਂਗੇ। ਇਹ ਕਰੋਚ ਏਰੀਆ ਆਸਣ, ਇਹ ਆਪਣਾ 9.5 ਇੰਚ ਆ ਰਿਹਾ। ਉਸ ਤੋਂ ਅੱਗੇ ਜੀ ਪਹੁੰਚਾ ਮੂਹਰੀ,
पौचा आप कि ले रहे हैं जोड़ा सूट असी स्टिच करना। पौचा हैगा जी ये सूट का 6.5 इंच तैयार, 6.5 पौचा तैयार है। जोड़ा भी तुम्हें नाप लैना वा इनू एक कापी पर नोट कर लेना। उस तो बाद ये अकॉर्डिंग कटिंग करनी है। तो कटिंग करते टाइम आप मीजरमेंट जो लै रहे हैं सूट का वह तो बिना अलग मार्जिन रख के आप कटिंग करनी होंगी है। तो वह मार्जिन किन्ना देना होंगे जो आप नैक्सट वीडियो के सिंपल सूट की कटिंग करा तो वह मार्जिन के रिलेटिड भी थोड़ा दसिया जाऊगा भी किन्ना मार्जिन कितने रखना होंगे। आई होप तो मेरी ये वीडियो चंगी लगी होगी। प्लीज़ मेरी वीडियो नू लाइक शेयर ते सबसक्राइब कर दिओ ताकि आपां अगे आउण वाले टाइम दे विच स्टैप बाय स्टैप करके हर तरह दी वीडियो